ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ। ਬਹੁਤ ਇੰਪੋਰਟੈਂਟ ਵਲੋਗ ਹੈ ਅੱਜ ਦਾ। ਅੱਜ ਦੇ ਵਲੋਗ ਦੇ ਵਿੱਚ ਗੱਲ ਬਹੁਤ ਇੰਪੋਰਟੈਂਟ ਟੋਪਿਕ 'ਤੇ ਕਰਨੀ ਹੈ। ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਨੇ ਅਟੈਸਟੇਸ਼ਨ ਲੈਟਰ ਨੂੰ ਲੈ ਕੇ, ਜੋ ਕੈਨੇਡਾ ਦੇ ਵੱਲੋਂ ਨਵੇਂ ਰੂਲ ਲੈ ਕੇ ਆਏ ਗਏ ਨੇ, ਵੱਡੇ ਚੇਂਜਸ ਕੀਤੇ ਗਏ ਨੇ। ਅਤੇ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਜੋ ਵੀ ਤੁਹਾਡੀ ਕਨਫਿਊਜ਼ਨ ਹੈ, ਉਹ ਅੱਜ ਦੇ ਵੀਡੀਓ ਦੇ ਵਿੱਚ ਪੂਰੀ ਤਰ੍ਹਾਂ ਦੂਰ ਹੋਣ ਵਾਲੀ ਹੈ। ਅੱਜ ਦੀ ਵੀਡੀਓ ਪੂਰੀ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਹੋਣ ਵਾਲੀ ਹੈ। ਅਤੇ ਸਭ ਤੋਂ ਵੱਡਾ ਇਹਦੇ ਉੱਤੇ ਅਪਡੇਟ ਕੀ ਆਇਆ ਹੈ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਸ ਤੋਂ ਇਲਾਵਾ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਜੋ ਕਨਫਿਊਜ਼ਨਸ ਨੇ, ਸਭ ਤੋਂ ਵੱਡੀ ਕਨਫਿਊਜ਼ਨ ਕਿ ਇਹ ਐਕਚੁਅਲ ਦੇ ਵਿੱਚ ਲੈਟਰ ਹੈ ਕੀ, ਉਸ ਤੋਂ ਬਾਅਦ ਇਹਦੀ ਲੋੜ ਕਿਉਂ ਪਈ ਫੈਡਰਲ ਗੌਰਮੈਂਟ ਨੂੰ, ਉਸ ਤੋਂ ਬਾਅਦ ਬੱਚਿਆਂ ਨੂੰ ਇਸਦਾ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ, ਕੈਨੇਡਾ ਨੂੰ ਇਸਦੇ ਕੀ ਫਾਇਦੇ ਹੋਣਗੇ, ਅਤੇ ਪਹਿਲਾਂ ਸਿਸਟਮ ਕਿਵੇਂ ਫੰਕਸ਼ਨਿੰਗ ਕਰਦਾ ਸੀਗਾ ਕੈਨੇਡਾ ਦਾ ਸਟੂਡੈਂਟ ਜਾਂ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ, ਅਤੇ ਹੁਣ ਕਿਵੇਂ ਨਵਾਂ ਸਿਸਟਮ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਵਰਕ ਕਰੇਗਾ, ਅੱਜ ਦੇ ਵੀਡੀਓ ਦੇ ਵਿੱਚ ਇਹੀ ਚੀਜ਼ ਡਿਸਕਸ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ। ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਹੁੰਦਾ ਹੈ ਤੁਹਾਡੇ ਤੱਕ ਸਹੀ, ਐਥੈਂਟਿਕ ਅਤੇ ਰੀਅਲ ਇਨਫੋਰਮੇਸ਼ਨ ਲੈ ਕੇ ਆਈਏ, ਜੋ ਪ੍ਰਮੋਸ਼ਨਲ ਨਾ ਹੋਵੇ, ਇਨਫੋਰਮੇਟਿਵ ਹੋਵੇ। ਕੇਪਸ ਨੋਟ SOP 'ਚ ਹੈਲਪ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ, ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਹੁਣ ਤੱਕ ਕੀ ਕੁਝ ਚੱਲ ਰਿਹਾ ਸੀਗਾ, ਖਾਸ ਕਰਕੇ ਏਜੰਟ ਕਿਸ ਤਰੀਕੇ ਨਾਲ ਕੰਮ ਕਰ ਰਹੇ ਸੀਗੇ, ਕੈਨੇਡਾ ਦਾ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਜੋ ਸਿਸਟਮ ਸੀਗਾ ਕਿਵੇਂ ਵਰਕ ਕਰ ਰਿਹਾ ਸੀਗਾ, ਅਤੇ ਕਿੰਨਾ ਕੁਛ ਉਹਦੇ ਵਿੱਚ ਇੱਦਾਂ ਦਾ ਸੀਗਾ ਜਿਸ ਦਾ ਨੁਕਸਾਨ ਬੱਚਿਆਂ ਨੂੰ ਹੁੰਦਾ ਸੀਗਾ, ਕੈਨੇਡਾ ਨੂੰ ਹੁੰਦਾ ਸੀਗਾ, ਕੈਨੇਡਾ ਦੀ ਲਗਾਤਾਰ ਬਦਨਾਮੀ ਹੋ ਰਹੀ ਸੀ ਖਾਸ ਕਰਕੇ ਐਜੂਕੇਸ਼ਨ ਨੂੰ ਲੈ ਕੇ। ਪਹਿਲਾਂ ਕੀ ਹੁੰਦਾ ਸੀਗਾ, ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਸੀਗੇ, ਜਿੱਦਾਂ ਮਰਜ਼ੀ ਆਪਣਾ ਕਹਿ ਸਕਦੇ ਸਿਸਟਮ ਚਲਾ ਸਕਦੇ ਸੀਗੇ। ਕਾਲਜ ਤੋਂ ਆਫਰ ਲੈਟਰ ਦੀ ਝੜੀ ਲੱਗ ਜਾਂਦੀ ਸੀਗੀ, ਭਾਵੇਂ ਕੋਈ ਪ੍ਰਾਈਵੇਟ ਕਾਲਜ, ਪਬਲਿਕ ਕਾਲਜ, ਜਿਹੜੇ ਵੀ ਕਹਿ ਸਕਦੇ ਕਾਲਜਸ ਹੁੰਦੇ ਸੀ, ਆਪਣੀ ਮਨਮਰਜ਼ੀ ਦੇ ਨਾਲ ਬੱਚਿਆਂ ਨੂੰ ਆਫਰ ਲੈਟਰ ਇਸ਼ੂ ਕਰਦੇ ਸੀ। ਹੁੰਦਾ ਕੀ ਸੀਗਾ, ਕਾਲਜ ਦੇ ਵਿੱਚ 100 ਸੀਟ ਹੁੰਦੀ ਸੀਗੀ, 500-500 ਆਫਰ ਲੈਟਰ ਜਿਹੜਾ ਕਾਲਜ ਵੰਡ ਦਿੰਦਾ ਸੀਗਾ, ਇਹ ਬਹੁਤ ਵੱਡੀ ਸਮੱਸਿਆ ਸੀ। ਉਸ ਤੋਂ ਬਾਅਦ ਜੋ ਰਿਜ਼ਲਟ ਆਉਣੇ ਸ਼ੁਰੂ ਹੁੰਦੇ ਸੀ, ਕਿਉਂਕਿ ਅਥਾਹ ਫਾਈਲਾਂ ਲੱਗਦੀਆਂ ਸੀਗੀਆਂ, ਬਹੁਤ ਫਾਈਲਾਂ ਲੱਗਦੀਆਂ ਸੀਗੀਆਂ, ਕਿਉਂਕਿ ਕੋਈ ਕੈਪ ਹੈ ਹੀ ਨਹੀਂ ਸੀਗਾ, ਤਾਂ ਉਸ ਕੰਡੀਸ਼ਨ ਦੇ ਵਿੱਚ ਜਦੋਂ 100 ਸੀਟਾਂ ਉਹਨਾਂ ਦੀਆਂ ਕੰਪਲੀਟ ਹੋਈਆਂ, ਤਾਂ ਜਿੰਨੇ ਬੱਚੇ ਬਾਅਦ ਵਿੱਚ ਬਚਦੇ ਸੀਗੇ ਉਹਨਾਂ ਸਾਰਿਆਂ ਨੂੰ ਡੈਫਰ ਕਰ ਦਿੱਤਾ ਜਾਂਦਾ ਸੀ। ਕਈ ਕਈ ਬੱਚੇ ਤਾਂ ਸਾਲ ਡੈਫਰ ਹੀ ਹੁੰਦੇ ਰਹਿੰਦੇ ਸੀਗੇ, ਸੋ ਉਹਨਾਂ ਨੂੰ ਬਹੁਤ ਵੱਡੀ ਪ੍ਰੋਬਲਮ ਫੇਸ ਕਰਨੀ ਪੈਂਦੀ ਸੀਗੀ। ਉਸ ਤੋਂ ਇਲਾਵਾ ਕੀ ਹੁੰਦਾ ਸੀਗਾ ਕਿ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹੁੰਦਾ ਸੀਗਾ, ਕਿਉਂਕਿ ਖਾਸ ਪ੍ਰੋਵਿੰਸ ਦੇ ਵਿੱਚ ਬੱਚਿਆਂ ਦੀ ਗਿਣਤੀ ਜਦੋਂ ਵਧਣ ਲੱਗਦੀ ਸੀਗੀ, ਤਾਂ ਰਿਫਿਊਜ਼ਲ ਰੇਟ ਉਹਦੇ ਵਿੱਚ ਆਪਣੇ ਆਪ ਹੀ ਵਧਣਾ ਸ਼ੁਰੂ ਹੋ ਜਾਂਦਾ ਸੀਗਾ। ਸਭ ਤੋਂ ਵੱਡੀ 3 ਪ੍ਰੋਵਿੰਸਿਸ ਸੀਗੀਆਂ ਜਿਨ੍ਹਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਾਂਦੇ ਸੀ, ਜਿਸ ਦੇ ਵਿੱਚ ਓਨਟਾਰੀਓ ਸਭ ਤੋਂ ਨੰਬਰ 1 'ਤੇ ਸੀ, BC ਬ੍ਰਿਟਿਸ਼ ਕੋਲੰਬੀਆ ਦੂਜੇ ਨੰਬਰ 'ਤੇ, ਅਤੇ ਕਿਊਬਿਕ ਤੀਜੇ ਨੰਬਰ 'ਤੇ। ਹਾਲਾਂਕਿ ਕਿਊਬਿਕ ਦੇ ਵਿੱਚ CAQ ਲੈਟਰ ਜਿਹੜਾ ਹੈ ਉਹ ਲੈਣਾ ਪੈਂਦਾ ਹੈ, ਅਤੇ ਸੇਮ ਉਸੇ ਬੇਸ ਦੇ ਉੱਤੇ ਹੀ ਹੁਣ ਅਟੈਸਟੇਸ਼ਨ ਲੈਟਰ ਜਿਹੜਾ ਉਹ ਇਸ਼ੂ ਕੀਤਾ ਜਾਵੇਗਾ। ਉਸ ਤੋਂ ਇਲਾਵਾ ਏਜੰਟ ਦੀ ਮਨਮਾਨੀ ਚੱਲਦੀ ਸੀ, ਕਾਲਜ ਬੇਲਗਾਮ ਸੀਗੇ, ਅਤੇ ਬੱਚਿਆਂ ਨੂੰ ਕੀ ਕੀਤਾ ਜਾਂਦਾ ਸੀ, ਪ੍ਰਾਈਵੇਟ ਪ੍ਰੋਗਰਾਮ ਦੇ ਵਿੱਚ ਫਸਾ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਬੱਚੇ ਜਾਂਦੇ ਸੀ ਫੀਸਾਂ ਵਾਪਸ ਕਰਾਉਂਦੇ ਸੀਗੇ, ਕਾਲਜ ਤੋਂ ਫੀਸ ਵਾਪਸ ਕਰਾ ਕੇ ਦੂਜੇ ਕਾਲਜ ਤੋਂ ਆਫਰ ਲੈਟਰ ਲੈਣ ਦੇ ਬਹਾਨੇ ਏਜੰਟ ਫਿਰ ਕਮਾਈ ਕਰਦਾ ਸੀਗਾ। ਵੱਡੇ ਵੱਡੇ ਕਹਿ ਸਕਦੇ, ਮੋਟੇ ਮੋਟੇ ਕਹਿ ਸਕਦੇ ਕਮਿਸ਼ਨ ਜਿਹੜੇ ਉਹ ਏਜੰਟਾਂ ਨੂੰ ਆਉਂਦੇ ਸੀਗੇ, ਅਤੇ ਸਭ ਤੋਂ ਵੱਡੀ ਗੱਲ ਇਹ, ਕਈ ਤਾਂ ਇਹੋ ਜਿਹੇ ਵੀ ਏਜੰਟ ਸੀਗੇ, ਇੱਥੇ ਇੱਕ ਪ੍ਰੋਪਰ ਢੰਗ ਦੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਕਿ ਤੁਸੀਂ ਜਾ ਕੇ 1 ਸਾਲ ਆਪਣਾ ਕਾਲਜ ਵੀ ਨਹੀਂ ਬਦਲ ਸਕਦੇ। ਕਈ ਕਾਲਜਾਂ ਨੇ ਅੱਗੇ ਕਹਿ ਸਕਦੇ ਆ ਕਿ ਸੈਟਿੰਗ ਕੀਤੀ ਹੁੰਦੀ ਸੀ PPP, ਯਾਨੀ ਪ੍ਰਾਈਵੇਟ ਪਬਲਿਕ ਕਾਲਜ ਪਾਰਟਨਰਸ਼ਿਪ ਦਾ ਜਿਹੜਾ ਸਿਸਟਮ ਸੀਗਾ ਉਹਨਾਂ ਦਾ, ਉਸ ਤਰੀਕੇ ਨਾਲ ਉਹ ਆਪਣੀ ਮੋਨੋਪੋਲੀ ਜਿਹੜੀ ਹੈ ਉਹ ਕੈਨੇਡਾ ਵਿੱਚ ਚਲਾਉਂਦੇ ਸੀਗੇ।
ਉਹਦਾ ਬਹੁਤ ਨੁਕਸਾਨ ਹੁੰਦਾ ਸੀਗਾ ਅਤੇ ਏਜੰਟ ਜਿਹੜੇ ਉਹ ਮੋਟੀਆਂ ਕਮਾਈਆਂ ਕਰਦੇ ਸੀ ਸਭ ਦੇ ਵਿਚਾਲੇ। ਹੁਣ ਖਾਸ ਥਾਵਾਂ 'ਤੇ ਜਿਹੜਾ ਟੀ ਆਰ ਦਾ ਰੇਸ਼ੀਓ ਉਹ ਵੱਧਦਾ ਜਾ ਰਿਹਾ ਸੀਗਾ, ਜਿਵੇਂ ਓਨਟਾਰੀਓ ਦੇ ਵਿੱਚ, ਬੀ ਸੀ ਦੇ ਵਿੱਚ ਲਗਾਤਾਰ ਜਿਹੜਾ ਕਹਿ ਸਕਦੇ ਬਹੁਤ ਸਿਟੀਜ਼ ਐਵੇਂ ਦੀਆਂ ਨੇ ਜਿੱਥੇ ਪਾਪੂਲੇਸ਼ਨ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਸੀ ਅਤੇ ਖਾਸ ਕਰਕੇ ਜਿਹੜੇ ਵੀ ਟੈਂਪਰੇਰੀ ਰੈਜ਼ੀਡੈਂਸ ਵਾਲੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਂਦੇ ਸੀ। ਉਹਦੇ ਨਾਲ ਕੀ ਸੀਗਾ, ਕਿਉਂਕਿ ਕੈਨੇਡਾ ਨੂੰ ਬੰਦਿਆਂ ਦੀ ਲੋੜ ਹੈ, ਕੈਨੇਡਾ ਦੇ ਵਿੱਚ ਬਹੁਤ ਸਾਰੀ ਜਗ੍ਹਾ ਇੱਦਾਂ ਦੀ ਹੈ ਜਿਹੜੀ ਖਾਲੀ ਪਈ ਹੋਈ ਹੈ। ਸੋ ਕੈਨੇਡਾ ਦੇ ਵਿੱਚ ਹੁੰਦਾ ਕੀ ਸੀਗਾ ਕਿ ਕੁਛ ਕਾਲਜਸ ਜਾਂ ਕੁਛ ਸ਼ਹਿਰ ਇਹੋ ਜਿਹੇ ਸੀਗੇ ਜਿੱਥੇ ਇੰਟਰਨੈਸ਼ਨਲ ਸਟੂਡੈਂਟ ਚਾਹੁੰਦਾ ਸੀਗਾ ਕਿ ਮੈਂ ਇਸੇ ਸ਼ਹਿਰ ਜਾਂ ਇਸੇ ਕਾਲਜ ਦੇ ਵਿੱਚ ਜਾਵਾਂ, ਉੱਥੋਂ ਹਟ ਕੇ ਦੂਜਾ ਕੁਛ ਸੋਚਦਾ ਹੀ ਨਹੀਂ ਸੀਗਾ। ਉਸ ਕੇਸ ਦੇ ਵਿੱਚ ਕੀ ਸੀਗਾ ਕਿ ਇੱਕ ਜਗ੍ਹਾ ਦੇ ਉੱਤੇ ਲਗਾਤਾਰ ਪਾਪੂਲੇਸ਼ਨ ਵੱਧਦੀ ਜਾ ਰਹੀ ਸੀਗੀ, ਹਾਊਸਿੰਗ ਕ੍ਰਾਈਸਿਸ, ਹੈਲਥ ਦਾ ਕ੍ਰਾਈਸਿਸ ਅਤੇ ਹੋਰ ਕਈ ਸਮੱਸਿਆਵਾਂ ਜਿਹੜੀਆਂ ਉਹ ਕੈਨੇਡਾ ਦੇ ਸਾਹਮਣੇ ਖੜੀਆਂ ਹੋ ਗਈਆਂ। ਉਸ ਦੇ ਵਿੱਚ ਨੌਕਰੀ ਦੀ ਸਿਚੁਏਸ਼ਨ ਵੀ ਇੱਕ ਬਹੁਤ ਵੱਡੀ ਸਿਚੁਏਸ਼ਨ ਜਿਹੜੀ ਸੀਗੀ ਉਹ ਕੈਨੇਡਾ ਦੇ ਵਿੱਚ ਬਣ ਗਈ ਸੀ, ਕਿਉਂਕਿ ਜਿਹੜਾ ਵੀ ਕੋਈ ਜਾਂਦਾ ਸੀ ਓਨਟਾਰੀਓ, ਬ੍ਰਮਟਨ, ਮਿਸੀਸਾਗਾ ਜਾਂ ਫਿਰ ਉਹਨਾਂ ਸ਼ਹਿਰਾਂ ਦੇ ਵਿੱਚ ਜਾਂਦਾ ਸੀਗਾ ਕਿ ਜਿੱਥੇ ਇੱਕ ਹੀ ਜਗ੍ਹਾ 'ਤੇ ਲੋਕ ਇਕੱਠੇ ਹੁੰਦੇ ਸੀ ਅਤੇ ਫਿਰ ਲਗਾਤਾਰ ਜਿਹੜਾ ਹਾਊਸਿੰਗ ਕ੍ਰਾਈਸਿਸ, ਹੈਲਥ ਸੈਕਟਰ 'ਤੇ ਆ ਹੋਰ ਜਿਹੜੇ ਵੀ ਚੀਜ਼ਾਂ ਦਾ ਇੰਪੈਕਟ ਪੈਂਦਾ ਸੀਗਾ ਉਹ ਕੈਨੇਡਾ ਲਈ ਵੱਡੀ ਸਿਰਦਰਦੀ ਬਣ ਗਿਆ ਸੀਗਾ। ਸੋ ਉਹ ਵੀ ਇੱਕ ਬਹੁਤ ਵੱਡੀ ਸਮੱਸਿਆ ਸੀ। ਉਸ ਤੋਂ ਬਾਅਦ ਡਿਮਾਂਡ ਦੇ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਕਿ ਸਕਿੱਲ ਦੀ ਘਾਟ ਸੀਗੀ। ਇੱਥੋਂ ਬੱਚਾ ਜਾਂਦਾ ਸੀਗਾ ਕੋਈ ਬਿਜ਼ਨਸ ਦਾ ਕੋਰਸ ਲੈ ਕੇ, ਉੱਥੇ ਜਾ ਕੇ ਬੱਚਾ ਡਰਾਈਵਰੀ ਕਰ ਰਿਹਾ ਹੁੰਦਾ ਸੀਗਾ। ਉਸ ਤੋਂ ਵੀ ਵੱਡੀ ਗੱਲ ਹੈ ਕਿ ਸਾਇਲਮ ਵਰਗੀਆਂ ਸਮੱਸਿਆਵਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਸੀਗੀਆਂ। ਇੱਕ ਸਕਰੀਨਸ਼ੋਟ ਵੀ ਸ਼ੇਅਰ ਕਰ ਰਿਹਾ ਕਿ ਬੀਤੇ ਕੁਛ ਦਿਨਾਂ ਦੇ ਵਿੱਚ ਖਾਸ ਕਰਕੇ ਸਾਇਲਮ ਦੇ ਕੇਸਿਸ ਜਿਹੜੇ ਨੇ ਉਹ ਬਹੁਤ ਵੱਡੇ ਨੇ। ਇਹਨੂੰ ਲੈ ਕੇ ਵੀ ਕੋਈ ਵੱਡਾ ਫੈਸਲਾ ਜਿਹੜਾ ਉਹ ਗੌਰਮੈਂਟ ਲੈ ਸਕਦੀ ਹੈ। ਸੋ ਇਹ ਵੀ ਇੱਕ ਵੱਡੀ ਅਪਡੇਟ ਜਿਹੜੀ ਹੈ ਉਹ ਵੀ ਤੁਹਾਨੂੰ ਨਾਲ ਦੀ ਨਾਲ ਹੀ ਸ਼ੇਅਰ ਕਰ ਦਿੱਤੀ ਹੈ। ਹੁਣ ਅਟੈਸਟੇਸ਼ਨ ਲੈਟਰ ਲੈ ਕੇ ਗੌਰਮੈਂਟ ਆਈ ਹੈ, ਇਹਦੇ ਨਾਲ ਕੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕੀਤਾ ਜਾ ਸਕਦਾ ਹੈ। ਹੁਣ ਇਹਦੇ ਨਾਲ ਕੀ ਹੈ ਕਿ ਡਿਮਾਂਡ ਦੇ ਹਿਸਾਬ ਨਾਲ ਹੀ ਕੋਰਸ ਹੋਣਗੇ, ਯਾਨੀ ਕਿ ਅਪਰੂਵਲ ਰੇਟ ਜਿਹੜਾ ਹੋਵੇਗਾ ਉਹ ਡਿਮਾਂਡ ਦੇ ਹਿਸਾਬ ਨਾਲ ਹੋਵੇਗਾ। ਮੰਨ ਲਿਆ ਓਨਟਾਰੀਓ ਦੇ ਵਿੱਚ ਪਲੰਬਰ ਦੀ ਡਿਮਾਂਡ ਜਾਂ ਫਿਰ ਕਿਸੇ ਵੀ ਇੱਕ ਕੋਰਸ ਦੇ ਵਿੱਚ, ਆਈਟੀ ਸੈਕਟਰ ਦੇ ਵਿੱਚ ਡਿਮਾਂਡ ਹੈ, ਹੈਲਥ ਸੈਕਟਰ ਦੇ ਵਿੱਚ ਡਿਮਾਂਡ ਹੈ, ਤਾਂ ਉਸੇ ਤੋਂ ਰਿਲੇਟਡ ਜਿਹੜੇ ਕੋਰਸ ਹੋਣਗੇ ਉਹਨਾਂ ਨੂੰ ਜ਼ਿਆਦਾ ਸੀਟਾਂ ਜਿਹੜੀਆਂ ਅਲੋਟ ਕੀਤੀਆਂ ਜਾਣਗੀਆਂ ਅਤੇ ਕਾਲਜ ਦੀ ਕੁਆਲਿਟੀ ਦੇ ਹਿਸਾਬ ਦੇ ਨਾਲ ਸੀਟਾਂ ਅਲੋਟ ਕੀਤੀਆਂ ਜਾਣਗੀਆਂ। ਡਿਮਾਂਡ ਦੇ ਹਿਸਾਬ ਦੇ ਨਾਲ, ਪ੍ਰੋਵਿੰਸ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਕੋਰਸ ਜਿਹੜੇ ਹੈ ਉਹ ਅਲੋਟ ਕੀਤੇ ਜਾਣਗੇ। ਉਸ ਤੋਂ ਬਾਅਦ ਕੈਨੇਡਾ ਦੀਆਂ ਵੱਖਰੀਆਂ ਵੱਖਰੀਆਂ ਪ੍ਰੋਵਿੰਸਿਸ ਨੂੰ ਅਪਰੂਵਲ ਦਾ ਇੱਕ ਟਾਰਗੇਟ ਦਿੱਤਾ ਜਾਵੇਗਾ ਕਿ ਇੰਨੇ ਹੀ ਅਪਰੂਵਲ ਤੁਸੀਂ ਦੇ ਸਕਦੇ ਹੋ। ਇੱਕ ਹਰ ਇੱਕ ਨੂੰ ਇੱਕ ਨੰਬਰ ਆਫ ਐਪਲੀਕੈਂਟਸ ਦਾ ਹੀ ਅਪਰੂਵਲ ਦਿੱਤਾ ਜਾਵੇਗਾ, ਜਿਸ ਦੇ ਨਾਲ ਕਿ ਡਿਸਬੈਲੈਂਸ ਨਹੀਂ ਹੋਵੇਗਾ ਕਿ ਓਨਟਾਰੀਓ ਦੇ ਵਿੱਚ ਇੰਨੇ ਬੰਦੇ ਆ ਗਏ ਅਤੇ ਦੂਜੀਆਂ ਪ੍ਰੋਵਿੰਸਿਸ ਦੇ ਵਿੱਚ ਕੋਈ ਐਡਮਿਸ਼ਨ ਹੀ ਨਹੀਂ ਲੈ ਰਿਹਾ। ਸੋ ਇੱਕ ਬੈਲੈਂਸ ਬਣ ਜਾਵੇਗਾ ਜਿਸ ਦੇ ਨਾਲ ਹਾਊਸਿੰਗ ਕ੍ਰਾਈਸਿਸ, ਹੈਲਥ ਕ੍ਰਾਈਸਿਸ ਅਤੇ ਹੋਰ ਜਿਹੜੀਆਂ ਨੌਕਰੀ ਦੀ ਸਮੱਸਿਆ ਹੈ ਉਸ ਦੇ ਉੱਤੇ ਥੋੜ੍ਹੀ ਠੱਲ ਪਵੇਗੀ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਰੈਂਟਲ ਯੂਨਿਟਸ ਨੂੰ ਲੈ ਕੇ ਬੀਤੇ ਦਿਨਾਂ ਤੋਂ ਬਹਿਸ ਚੱਲ ਰਹੀ ਸੀ ਕੈਨੇਡਾ ਵਿੱਚ, ਉੱਤੇ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਇਹ ਸਲਿਊਸ਼ਨ ਵਾਲੇ ਪਾਸੇ ਨੂੰ ਕੈਨੇਡਾ ਜਾ ਰਿਹਾ। ਉਸ ਤੋਂ ਬਾਅਦ ਬੱਚਿਆਂ ਦੀ ਖੱਜਲ ਖੁਆਰੀ ਖਤਮ ਹੋਵੇ, ਕਾਲਜ ਕੋਰਸ ਬਦਲਣ ਦੀ ਜਿਹੜੀ ਲਗਾਤਾਰ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸੀ, ਉਹ ਘੱਟ ਤੋਂ ਘੱਟ ਉੱਤੇ ਠੱਲ ਪੈ ਜਾਏਗੀ, ਕਿਉਂਕਿ ਹੁਣ ਜੇ ਅਟੈਸਟੇਸ਼ਨ ਲੈਟਰ ਮਿਲਦਾ ਹੈ ਤਾਂ ਉਹਦੇ ਨਾਲ ਕਾਲਜ ਕੋਰਸ ਬਦਲਣ ਦੇ ਵਾਲੇ ਪਾਸੇ ਨੂੰ ਵੀ ਜਿਹੜਾ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਥੋੜ੍ਹਾ ਵਰਕ ਕਰਨਾ ਉਸ ਹਿਸਾਬ ਨਾਲ ਕਰੇਗਾ ਜਿਵੇਂ ਗੌਰਮੈਂਟ ਚਾਹੇਗੀ, ਨਾ ਕਿ ਆਪਣੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਜਦੋਂ ਡਿਮਾਂਡ ਦੇ ਹਿਸਾਬ ਦੇ ਨਾਲ ਅਵੇਲੇਬਿਲਿਟੀ ਹੋਵੇਗੀ, ਯਾਨੀ ਕਿ ਜਿਹੜੇ ਇਨਡਿਮਾਂਡਡ ਕੋਰਸਿਸ ਨੇ ਉਹਦੇ ਹਿਸਾਬ ਦੇ ਨਾਲ ਹੀ ਮਾਰਕੀਟ 'ਚ ਨੌਕਰੀਆਂ ਹੋਣਗੀਆਂ, ਤਾਂ ਬੱਚਿਆਂ ਨੂੰ ਨੌਕਰੀਆਂ ਵਾਸਤੇ ਧੱਕੇ ਨਹੀਂ ਖਾਣੇ ਪੈਣਗੇ। ਇੱਥੋਂ ਬਿਜ਼ਨਸ ਦਾ ਕੋਰਸ ਲੈ ਕੇ, ਇੱਥੋਂ ਆਈਟੀ ਦਾ ਕੋਰਸ ਲੈ ਕੇ, ਇੱਥੋਂ ਹੈਲਥ ਸੈਕਟਰ ਦਾ ਕੋਰਸ ਲੈ ਕੇ ਜਾ ਕੇ ਬੱਚਿਆਂ ਨੂੰ ਉੱਥੇ ਡਰਾਈਵਰੀ ਨਹੀਂ ਕਰਨੀ ਪਵੇਗੀ, ਇਸ ਚੀਜ਼ ਤੋਂ ਬਚ ਜਾਣ। ਉਸ ਤੋਂ ਬਾਅਦ ਏਜੰਟਾਂ ਦੀਆਂ ਮੋਟੀਆਂ ਕਮਾਈਆਂ ਜਿਹੜੀਆਂ ਸੀਗੀਆਂ, ਕਾਲਜਾਂ ਦੀਆਂ ਮਨਮਾਨੀਆਂ ਜਿਹੜੀਆਂ ਸੀਗੀਆਂ, ਕੁਆਲਿਟੀ ਆਫ ਐਜੂਕੇਸ਼ਨ ਜਿਹੜਾ ਉਹਨਾਂ 'ਤੇ ਬਹੁਤ ਵੱਡਾ ਅਸਰ ਪਵੇਗਾ, ਅਤੇ ਕੁਆਲਿਟੀ ਆਫ ਐਜੂਕੇਸ਼ਨ ਜਿਹੜਾ ਸੁਧਰੇਗਾ
ਉੱਥੇ ਏਜੰਟਾਂ ਦੀ ਜਿਹੜੀ ਮੋਟੀ ਮੋਟੀ ਕਮਾਈ ਸੀ ਉਸ 'ਤੇ ਵੀ ਥੋੜ੍ਹੀ ਲਗਾਮ ਮਿਲੇਗੀ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਲਜ ਜਿਹੜੇ ਅੰਨੇਵਾਹ ਆਫਰ ਲੈਟਰ ਬਣਦੇ ਸੀਗੇ ਉਹਨਾਂ ਨੂੰ ਜ਼ਰੂਰ ਠੱਲ ਪੈ ਜਾਵੇਗੀ। ਅਤੇ ਇਹ ਸਭ ਦੇ ਵਿਚਾਲੇ ਜੇਕਰ ਆਪਾਂ ਸਟੂਡੈਂਟ ਦੀ ਗੱਲ ਕਰੀਏ ਤਾਂ ਸਟੂਡੈਂਟ ਦੇ ਪ੍ਰੋਸਪੈਕਟਿਵ ਤੋਂ ਅਗਰ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਸਟੂਡੈਂਟ ਨੂੰ ਹੋਣ ਵਾਲਾ ਜੇਕਰ ਇਹਨੂੰ ਪੋਜ਼ਟਿਵ ਵੇ ਦੇ ਨਾਲ ਲੈ ਕੇ ਦੇਖਿਆ ਜਾਵੇ, ਕਿਉਂਕਿ ਇਹਦੇ ਨਾਲ ਕਿ ਬੱਚਾ ਜਿਹੜਾ ਇੱਥੋਂ ਜਾਂਦਾ ਸੀਗਾ ਏਜੰਟਾਂ ਧੱਕੇ ਚੜ੍ਹਨ ਤੋਂ ਬਾਅਦ ਉੱਥੇ ਜਾ ਕੇ ਖੱਜਲ ਖੁਆਰ ਹੁੰਦਾ ਸੀ, ਉੱਥੇ ਬੱਚਾ ਪਰੇਸ਼ਾਨ ਹੁੰਦਾ ਸੀ, ਪਿੱਛੇ ਮਾਪੇ ਪਰੇਸ਼ਾਨ ਹੁੰਦੇ ਸੀ, ਉਸ ਚੀਜ਼ ਤੋਂ ਬਚਾਅ ਹੋ ਜਾਏਗਾ। ਅਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹਨੂੰ ਕੁਆਲਿਟੀ ਆਫ ਐਜੂਕੇਸ਼ਨ ਮਿਲੇਗਾ, ਪਲੇਸਮੈਂਟ ਸਹੀ ਢੰਗ ਨਾਲ ਮਿਲੇਗੀ, ਉਸ ਤੋਂ ਬਾਅਦ ਉਹਦਾ ਫਿਊਚਰ ਵੀ ਕੈਨੇਡਾ ਦੇ ਵਿੱਚ ਸੇਫ ਹੋ ਜਾਵੇਗੇ। ਬੀਤੇ ਦਿਨ PR ਦੇ ਵੀ ਡਰੋਜ਼ ਜਿਹੜੇ ਆਏ ਨੇ ਉਹਦੇ ਵਿੱਚ ਵੀ ਹੈਲਥ ਸੈਕਟਰ ਜਾਂ ਜਿਹੜੇ ਇਨਡਿਮਾਂਡਿਡ ਕਹਿ ਸਕਦੇ ਆ ਕਿ ਕੋਰਸਿਸ ਨੇ ਜਾਂ ਇਨਡਿਮਾਂਡਿਡ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਹੀ ਡਰੋਜ਼ ਜਿਹੜੇ ਉਹ ਵੱਡੇ ਲੈਵਲ ਦੇ ਉੱਤੇ ਨਿਕਲੇ ਨੇ। ਸੋ ਇਹਨਾਂ ਸਾਰਿਆਂ ਦੇ ਨਾਲ ਕੈਨੇਡਾ ਦੇ ਵਿੱਚ ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਅਟੈਸਟੇਸ਼ਨ ਲੈਟਰ ਜਿਹੜਾ ਇਸ ਤਰੀਕੇ ਨਾਲ ਫੰਕਸ਼ਨਿੰਗ ਕਰੇਗਾ, ਪਹਿਲਾਂ ਨਾਲੋਂ ਹੁਣ ਬਹੁਤ ਵੱਡਾ ਬਦਲਾਅ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲੇਗਾ। ਸੋ ਉਮੀਦ ਕਰਦਾ ਕਿ ਅੱਜ ਦੇ ਵਲੌਗ ਤੋਂ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ, ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਹੁੰਦਾ ਤੁਹਾਡੇ ਤੱਕ ਸਹੀ ਅਥੈਂਟਿਕ ਅਤੇ ਰੀਅਲ ਇਨਫੋਰਮੇਸ਼ਨ ਪਹੁੰਚਾਈਏ, ਕਿਸੇ ਵੀ ਤਰ੍ਹਾਂ ਦਾ ਪ੍ਰਮੋਸ਼ਨਲ ਕੰਟੈਂਟ ਤਿਆਰ ਨਾ ਕਰੀਏ। ਕੇਪਸ ਨੋਟਸ SOP 'ਚ ਹੈਲਪ ਚਾਹੁੰਦੇ ਹੋ ਵੈਲਕਮ ਹੈ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਵੈਲਕਮ ਹੈ, ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਨਾ ਕਰਿਆ ਕਰੋ। ਧੰਨਵਾਦ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ।